ਵੀਡੀਓ ਵੀ ਬਣਾਈ ਹੈ ਮੌਕੇ ਤੇ ਤੁਸੀਂ ਤੁਹਾਡੇ ਵੱਡੇ ਭਰਾ ਦਾ ਪੁੱਛੋ ਜਾ ਬਾਈ ਪੁੱਛੋ ਜਾ ਚਲੋ ਇੱਕ ਘਰ ਦੇ ਵਿੱਚ ਵੜ ਕੇ ਪ੍ਰੋਪਰਟੀ ਡੀਲਰ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ। ਦੱਸ ਦਈਏ ਕਿ ਘਰ ਦੇ ਅੰਦਰ ਪਿਆ ਸਾਰਾ ਸਮਾਨ ਹੀ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਇੱਕ ਪ੍ਰੋਪਰਟੀ ਡੀਲਰ ਦੇ ਵੱਲੋਂ ਇੱਕ ਔਰਤ ਨੂੰ ਇਹ ਮਕਾਨ ਦਵਾਇਆ ਗਿਆ ਸੀ। ਹਾਲਾਂਕਿ ਔਰਤ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਨੇ ਬਿਆਨਾ ਜ਼ਰੂਰ ਦੇ ਦਿੱਤਾ ਸੀ, ਪਰ ਘਰ ਦੇ ਉੱਤੇ ਜਦੋਂ ਲੋਨ ਪਾਸ ਨਾ ਹੋਇਆ ਤਾਂ ਉਹ ਬਾਕੀ ਦੀ ਪੇਮੈਂਟ ਨਹੀਂ ਦੇ ਪਾਏ। ਜਿਸ ਤੋਂ ਬਾਅਦ ਉਹਨਾਂ ਨੇ ਉਸ ਡੀਲਰ ਦੇ ਕੋਲੋਂ ਥੋੜ੍ਹਾ ਸਮਾਂ ਮੰਗਿਆ, ਪਰ ਬੀਤੇ ਦਿਨਾਂ ਜਦੋਂ ਡੀਲਰ ਉਹਨਾਂ ਦੇ ਘਰ ਆਇਆ ਅਤੇ ਨਾਲ ਹੀ ਮਕਾਨ ਮਾਲਕ ਸੀ, ਤਾਂ ਦੋਵਾਂ ਨੇ ਮਿਲ ਕੇ ਨਾਲ ਆਪਣੇ ਬਦਮਾਸ਼ ਲਿਆਏ ਅਤੇ ਘਰ ਦੇ ਵਿੱਚ ਪਿਆ ਸਾਰਾ ਹੀ ਸਮਾਨ ਗਲੀ ਦੇ ਵਿੱਚ ਸੁੱਟ ਦਿੱਤਾ। ਜਿਸ ਤੋਂ ਬਾਅਦ ਉਸ ਔਰਤ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸਦੇ ਘਰ ਦੇ ਵਿੱਚ 2 ਲੱਖ ਰੁਪਈਆ ਅਤੇ 6 ਦੇ ਕਰੀਬ ਤੋਲੇ ਸੋਨਾ ਪਿਆ ਸੀ, ਜੋ ਕਿ ਹੁਣ ਗਾਇਬ ਹੋ ਚੁੱਕਾ ਹੈ। ਉੱਥੇ ਇਹ ਖਬਰ ਮਿਲਣ ਤੋਂ ਬਾਅਦ ਜੋ ਵਿਧਾਇਕ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚੇ ਅਤੇ ਪੀੜਿਤ ਪਰਿਵਾਰ ਦੇ ਨਾਲ ਖੜੇ ਹੋਣ ਦਾ ਐਲਾਨ ਕਰ ਦਿੱਤਾ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਸ਼ਰੇਆਮ ਇੱਕ ਪ੍ਰੋਪਰਟੀ ਡੀਲਰ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ। ਬਿਆਨਾ ਦੇਣ ਤੋਂ ਬਾਅਦ ਜਦੋਂ ਪੇਮੈਂਟ ਪੂਰੀ ਨਹੀਂ ਦੇ ਪਾਇਆ ਪਰਿਵਾਰ, ਤਾਂ ਉਸਦਾ ਸਮਾਨ ਹੀ ਘਰ ਦੇ ਵਿੱਚੋਂ ਚੁੱਕ ਕੇ ਬਾਹਰ ਸੁੱਟ ਦਿੱਤਾ। ਤਾਂ ਦੱਸ ਦਈਏ ਕਿ ਜਿਸ ਤੋਂ ਬਾਅਦ ਲੁਧਿਆਣਾ ਦੇ ਇੱਕ ਵਿਧਾਇਕ ਮੌਕੇ ਦੇ ਉੱਤੇ ਪਹੁੰਚੇ ਅਤੇ ਉਹਨਾਂ ਨੇ ਪੀੜਿਤ ਪਰਿਵਾਰ ਦੇ ਨਾਲ ਖੜੇ ਹੋਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਜੋ ਵੀ ਕੋਈ ਇਸ ਮਾਮਲੇ ਦੇ ਵਿੱਚ ਗਲਤ ਹੋਇਆ ਉਸਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਵਾਕਿਆ ਹੋਇਆ ਜੀ, ਮੈਂ ਅੰਦਰ ਸੀ, ਤਾਲਾ ਮਾਰ ਕੇ ਬੈਠੀ ਹੋਈ, 2 ਲੇਡੀਜ਼ ਆਈਆਂ ਆਪਣੇ ਗੈਸ ਪੂਰੇ ਦੀਆਂ, ਉਹਨਾਂ ਨੇ ਆ ਕੇ ਮੇਰਾ ਤਾਲਾ ਖਿਲਾਇਆ, ਕਹਿੰਦੀਆਂ ਸਾਨੂੰ ਪਾਣੀ ਪਿਆ ਭਰਜਾਈ, ਮੈਂ ਪਾਣੀ ਪਿਆਇਆ ਉਹਨਾਂ ਨੂੰ, ਪਾਣੀ ਪਿਆਉਂਦਿਆਂ ਪਾਉਂਦਿਆਂ ਦਗੜ ਦਗੜ ਕਰਦਿਆਂ 25-30 ਬੰਦੇ ਸੀ ਉਹ ਅੰਦਰ ਵੜ ਗਏ ਆ। ਉਹਨਾਂ ਨੇ ਆਣ ਕੇ ਤੇ ਆਣ ਕੇ ਕਹਿੰਦੇ ਕੀ ਗੱਲ ਹੈ, ਮੈਂ ਉਹਨਾਂ ਨੂੰ ਕਿਹਾ ਵੀ ਸਾਰਾ ਸਾਨੂੰ ਪੈਸਾ ਵਾਪਸ ਕਰ ਦਿਓ, ਅਸੀਂ ਮਕਾਨ ਖਾਲੀ ਕਰ ਦਿੰਦੇ ਹਾਂ। ਉਹ ਕਹਿੰਦੇ ਨਾ ਜੀ, ਪੈਸਾ ਤਾਂ ਵਾਪਸ ਹੋਣਾ ਨਹੀਂ ਹੋਣਾ, ਰਜਿਸਟਰੀ ਨਹੀਂ ਸਾਡੇ ਨਾਂ ਤੇ, ਸਾਡੇ ਪਾਵਰ ਟਰਨ ਦੇ ਲੋਨ ਕਰਵਾ ਕੇ ਦੇ ਰਹੇ, ਪਾਵਰ ਟਰਨ ਦੇ ਲੋਨ ਨਹੀਂ ਹੋ ਰਿਹਾ ਸਾਡਾ। ਨਹੀਂ, ਤੁਸੀਂ ਪ੍ਰੋਪਰਟੀ ਜਦੋਂ ਖਰੀਦੀ ਹੈ ਕਿਸ ਕਾਗਜ਼ਾਂ ਤੇ ਖਰੀਦੀ ਹੈ ਤੁਸੀਂ? ਕਾਗਜ਼ਾਂ ਤੇ ਆਪਾਂ ਉਹਨਾਂ ਨੇ ਖਰੀਦੀ ਹੈ ਜੀ, ਅਸੀਂ ਸਾਡਾ ਤਾਂ ਪੈਸਾ ਗਿਆ 2-2.5 ਲੱਖ ਰੁਪਇਆ ਗਿਆ, ਬਿਆਨਾ ਗਿਆ। ਹਾਂਜੀ ਹਾਂਜੀ, ਹੁਣ ਉਹ ਕੀ ਕਹਿੰਦੇ, ਖਾਲੀ ਕਰੋ? ਉਹ ਕਹਿੰਦੇ ਖਾਲੀ ਕਰੋ, ਕਿੰਨੇ ਦਿਨਾਂ ਤੱਕ ਧਮਕੀ ਦੇ ਰਹੇ ਸੀ। ਅਸੀਂ ਆਖਿਆ ਅਸੀਂ ਖਾਲੀ ਤਾਂ ਕਰਾਂਗੇ, ਤੁਸੀਂ ਨਾ ਸਾਨੂੰ ਪੈਸੇ ਦੇ ਦਿਓ ਤੇ ਸਾਡਾ ਕਿਰਾਇਆ ਵੀ ਕੱਟ ਲਓ, 5-5 ਹਜ਼ਾਰ ਦੇ ਹਿਸਾਬ ਨਾਲ 55 ਗਜ਼ ਥਾਂ ਹੈ। ਤੇ ਕਹਿੰਦੇ ਨਾ, ਅਸੀਂ ਸਾਰੇ ਪੈਸੇ ਜਾਂ ਅਸੀਂ ਪੈਕਰਾਇਆ ਨਹੀਂ, ਅਸੀਂ ਤੁਹਾਨੂੰ 1 ਰੁਪਇਆ ਵੀ ਨਹੀਂ ਦੇਣਾ। ਤੇ ਜੇ ਕਹਿੰਦਾ ਜੇ ਤੁਸੀਂ ਲੈਣਾ ਚਾਹੁੰਦੇ 1 ਲੱਖ ਰੁਪਇਆ ਦਵਾਂਗੇ, ਮੈਂ 1 ਲੱਖ ਰੁਪਇਆ ਨੇ ਮੇਰੇ ਸਾਰੇ ਪੈਸੇ ਵਾਪਸ ਕਰੋ। ਕਿਹੜੀ ਜਗ੍ਹਾ MLA ਆਏ ਸੀ ਮੌਕੇ ਤੇ ਭਰੋਸਾ ਦਿੱਤਾ ਕੁਝ MLA ਨੇ? ਹਾਂਜੀ, ਸਾਨੂੰ ਭਰੋਸਾ ਦੇ ਕੇ ਗਏ MLA ਨੇ, ਕਹਿੰਦੇ ਤੁਹਾਡੇ ਨਾਲ ਖੜੇ ਆ। ਸਮਾਨ ਲੁੱਟ ਕੇ ਵਿੱਚੋਂ ਲੈ ਕੇ ਮੇਰਾ 2 ਲੱਖ ਰੁਪਇਆ ਅਲਮਾਰੀ ਚ ਰਾਤੀ ਲੈ ਕੇ ਆਏ ਸੀ, ਉਹ ਰੱਖਿਆ ਸੀਗਾ।
ਤੇ ਉਹ ਵੀ ਲੈ ਗਿਆ ਮੇਰਾ 6 ਤੋਲੇ ਸੋਨਾ ਸੀ, ਤਿੰਨ ਸਹੁਰੇ ਘਰ ਦਾ, ਤਿੰਨ ਪੇਕੇ ਘਰ ਦਾ, ਉਹ ਵੀ ਹੈ ਨੀਗਾ ਜੀ। ਮੇਰੀ ਕੁੜੀ ਪੜ੍ਹਾਉਂਦੀ ਆ, ਬੱਚੇ ਪੜ੍ਹਾਉਂਦੀ ਆ, ਉਹ ਕਮੇਟੀਆਂ ਪਾਉਂਦੀ, 1000 ਰੁਪਇਆ ਮਹੀਨੇ ਦੀ ਕਮੇਟੀ ਪਾ ਰਹੀ, ਉਹ ਵੀ ਕਮੇਟੀ ਚੱਕ ਕੇ ਲਿਆਈ ਸੀ। ਪੁਲਿਸ ਨਾਲ ਗੱਲ ਹੋਈ ਆ ਜੀ, ਪੁਲਿਸ ਆਈ ਸੀ। ਹਾਂਜੀ, ਪੁਲਿਸ ਤੇ ਆਈ ਆ ਮੌਕੇ ਤੇ, ਕੋਈ ਤਾਂ ਬੰਦਾ ਹੋਊਗਾ, ਕਿਸੇ ਬੰਦੇ ਦੇ ਉੱਤੇ ਤੁਹਾਨੂੰ ਸ਼ੱਕ ਹੈਗਾ ਵੀ ਕਿਸੇ ਬੰਦੇ ਨੇ ਕਰਵਾਇਆ ਕੰਮ? ਇਹ ਸੁਖਮਣੀ ਪ੍ਰਾਪਰਟੀ ਡੀਲਰ ਤੇ ਨਾਲ ਜਿਹੜਾ ਮਕਾਨ ਮਾਲਕ ਸੀਗਾ ਜਗਿੰਦਰ ਸਿੰਘ, ਉਹ ਆਏ ਨਾਲ। ਕੌਣ? ਪੰਮੀ? ਇੱਕ ਪੰਮੀ ਪ੍ਰਧਾਨ ਉੱਥੋਂ ਦੀ, ਆਪਣੇ ਗੈਸਪੁਰੇ ਦੀ, ਉਹ ਆਈ, ਉਹਨੇ ਆ ਕੇ ਤਾਲਾ ਖਵਾਇਆ। ਮੈਂ ਤਾਲਾ ਨਹੀਂ ਸੀ ਖੋਲਦੀ ਕੋਈ ਵੀ। ਪੰਮੀ ਪ੍ਰਧਾਨ ਕੌਣ ਹੈ? ਉਹ ਆਪਣੇ ਪੰਮੀ ਪ੍ਰਧਾਨ ਗੈਸਪੁਰੇ ਦੀ ਆ ਜੀ। ਉਹਨਾਂ ਨੇ ਜਗ੍ਹਾ ਦਵਾਈ ਤੁਹਾਨੂੰ? ਨਹੀਂ ਦਵਾਈ ਨਹੀਂ, ਉਹ ਇਹੋ ਜਿਹਾ ਗੁੰਡਾਗਰਦੀ ਕਰਦੀਆਂ। ਪ੍ਰਧਾਨ ਕੌਣ ਹੈ ਆਪਣੇ ਜਿਹੜਾ ਤੁਸੀਂ ਕਹਿ ਰਹੇ ਪ੍ਰਾਪਰਟੀ ਡੀਲਰ ਦਾ, ਕਿਹੜਾ ਨਾਮ ਲਿਆ? ਇਹ ਤਾਂ ਸੁਖਮਣੀ ਡੀਲਰ ਤੇ ਇੱਕ ਹੈਗਾ ਜਗਿੰਦਰ ਸਿੰਘ ਜਿਹਦਾ ਮਕਾਨ ਹੈ। ਇਹ ਕਲੋਨੀ ਉਹਨਾਂ ਦੀ ਕੱਟੀ ਹੋਈ ਹੈ? ਇਹ ਬਾਲਾ ਜੀ ਕਲੋਨੀ ਕੱਟੀ ਹੋਈ ਹੈ ਜੀ, ਬਾਲਾ ਜੀ ਕਲੋਨੀ। ਤੁਸੀਂ ਬਾਲਾ ਜੀ ਨਾਲ ਗੱਲਬਾਤ ਕੀਤੀ ਸੀ? ਨਹੀਂ ਜੀ, ਅਸੀਂ ਤਾਂ ਸੁਖਮਣੀ ਨਾਲ ਕੀਤੀ ਸੀ, ਸਾਡੀ ਬਾਲਾ ਨਾਲ ਕੋਈ ਨਹੀਂ ਹੈਗਾ ਮਤਲਬ। ਦੇਖੋ, ਮੈਂ ਆਪਣੇ ਘਰ ਤੋਂ ਦਫ਼ਤਰ ਲਈ ਆ ਰਹੀ ਸੀ, ਰਸਤੇ ਦੇ ਵਿੱਚ ਕੁਛ ਲੇਡੀਜ਼ ਖੜੀਆਂ ਸੀ, ਉਹਨਾਂ ਨੇ ਮੈਨੂੰ ਰੋਕਿਆ। ਜਦੋਂ ਉੱਥੇ ਜਾ ਕੇ ਮੈਂ ਦੇਖਿਆ ਤੇ ਉਹਨਾਂ ਨੇ ਕੋਈ ਕੋਠੀ ਜਿਹੜੀ ਆ ਕਿਰਾਏ ਤੇ ਨਹੀਂ, ਬਲਕਿ ਕੋਠੀ ਦਾ ਬਿਆਨਾ ਕੀਤਾ ਸੀ। ਬਿਆਨੇ ਦੇ ਵਿੱਚ ਪਾਵਰ ਆਫ ਅਟੋਰਨੀ ਉਸ ਪਰਿਵਾਰ ਨੇ ਉਹਨਾਂ ਨੂੰ ਦਿੱਤੀ ਸੀਗੀ, ਲੇਕਿਨ ਪਾਵਰ ਆਫ ਅਟੋਰਨੀ ਤੇ ਉਹਨਾਂ ਦਾ ਲੋਨ ਨਹੀਂ ਹੋਇਆ। 3.5 ਲੱਖ ਰੁਪਏ ਦਾ ਕੋਈ ਦੇਣ ਲੈਣ ਦਾ ਮਸਲਾ ਸੀ, ਔਰ ਜਿਹੜਾ ਪਰਿਵਾਰ ਉਸ ਕੋਠੀ ਦੇ ਅੰਦਰ ਰਹਿ ਰਿਹਾ ਸੀ, ਉਹਦਾ ਕਹਿਣਾ ਇਹ ਸੀਗਾ ਵੀ 3.5 ਲੱਖ ਦੇ ਵਿੱਚੋਂ ਜੋ ਸਾਡਾ ਕਿਰਾਇਆ ਬਣਦਾ ਤੁਸੀਂ ਕੱਟ ਲਓ, ਲੋਨ ਸਾਡਾ ਹੋਇਆ ਨਹੀਂ, ਬਾਕੀ ਪੈਸੇ ਦੇ ਦਿਓ। ਲੇਕਿਨ ਦੂਜੀ ਧਿਰ ਨੇ ਉਹਨਾਂ ਦੇ ਨਾਲ ਜੋ ਅੱਜ ਬਿਹੇਵ ਕੀਤਾ ਤੇ ਇਹ ਉਹਨਾਂ ਦੇ ਉੱਤੇ ਸਖ਼ਤ ਕਾਰਵਾਈ ਕੀਤੀ ਜਾਊਗੀ। ਲੇਕਿਨ ਮੇਰੇ ਹਲਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੋਣ ਦੇਵਾਂਗੀ। ਪਹਿਲਾਂ ਵੀ ਤੁਹਾਨੂੰ ਪਤਾ ਵਾ ਵੀ ਜਿੱਥੇ ਵੀ ਗਰੀਬ ਨਾਲ ਧੱਕਾ ਹੋਇਆ ਮੈਂ ਗਰੀਬ ਪਰਿਵਾਰਾਂ ਨਾਲ ਖੜੀ ਹਾਂ, ਅਤੇ ਅੱਜ ਵੀ ਮੈਂ ਉਸ ਪਰਿਵਾਰ ਦੇ ਨਾਲ ਖੜੀ ਹਾਂ, ਔਰ ਧੱਕਾ ਹੋਣ ਵਾਲੇ ਜਿਹਨਾਂ ਨੇ ਕੀਤਾ ਵਾ ਉਹਨਾਂ 'ਤੇ ਮੈਂ ਸਖ਼ਤ ਜਿਹੜੀ ਆ ਕਾਨੂੰਨੀ ਕਾਰਵਾਈ ਕਰਵਾਉਂਗੀ। ਨਹੀਂ, ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਢਿੱਲ ਬਜ਼ਾਰੀ, ਕਿਉਂਕਿ SHO ਸਾਹਿਬ ਦੀ ਮੀਟਿੰਗ ਸੀਗੀ, ਮੀਟਿੰਗ ਦੇ ਵਿੱਚੋਂ ਮੈਂ ਉਸ ਟਾਈਮ ਮੌਕੇ 'ਤੇ ਬੁਲਾਇਆ, ਉਸੇ ਟਾਈਮ ਉਹ ਆਪਣੀ ਟੀਮ ਨਾਲ ਪਹੁੰਚਿਆ, ਔਰ ਜਿਨ੍ਹਾਂ ਦੇ 3 ਬੇਟੇ ਉਹਨਾਂ ਦੇ ਘਰ ਦੇ ਅੰਦਰ 20-25 ਬੰਦੇ ਲੈ ਕੇ ਵੜੇ ਆ, ਅਤੇ ਉਹਨਾਂ ਦੇ ਫਾਦਰ ਨੂੰ ਔਰ ਉਹਨਾਂ ਦੀ ਮਦਰ ਨੂੰ ਉਹ ਥਾਣੇ 'ਚ ਲੈ ਗਏ ਆ, ਅਤੇ ਬਾਕੀ ਬੰਦੇ ਜਿਹੜੇ 25 ਹੈਗੇ ਆ ਉਹਨਾਂ ਨੂੰ ਸ਼ਾਮ ਤੱਕ ਉਹ ਅਰੈਸਟ ਕਰ ਲੈਣਗੇ। ਸੁਖਮਣੀ ਪ੍ਰੋਪਰਟੀ ਡੀਲਰ ਆ, ਉਹਨਾਂ ਦੇ ਬੰਦੇ ਜਿਹੜੇ ਹੈਗੇ ਆ ਉੱਥੇ ਅੰਦਰ ਗਏ ਆ। ਆਪਣੇ ਹਲਕਾ ਦੱਖਣੀ ਦੇ ਵਿੱਚ ਕੋਈ ਵੀ ਜਿਹੜੀ ਅਨਆਥੋਰਾਈਜ਼ ਕਲੋਨੀ ਨਹੀਂ ਹੋਊਗੀ। ਅਸੀਂ ਮਾਨ ਸਾਹਿਬ ਦਾ ਵੀ ਇਹੀ ਸੁਪਨਾ ਕਿ ਤੁਸੀਂ ਬਿਜ਼ਨਸ ਕਰੋ, ਲੇਕਿਨ ਉਹ ਕਲੋਨੀਆਂ ਨੂੰ ਆਥੋਰਾਈਜ਼ ਕਰਵਾ ਕੇ ਕਰੋ, ਤਾਂ ਕਿ ਲੋਕਾਂ ਨੂੰ ਨਾ ਤਾਂ ਉੱਥੇ ਰਹਿਣ ਵਾਲੇ ਲੋਕਾਂ ਨੂੰ ਦਿੱਕਤ ਆਵੇ, ਨਾ ਜਿਨ੍ਹਾਂ ਨੇ ਰੀਅਲ ਇਸਟੇਟ ਦਾ ਕੰਮ ਕਰਨਾ ਉਹਨਾਂ ਨੂੰ ਦਿੱਕਤ ਆਵੇ। ਅਣਅਧਿਕਾਰਤ ਕਲੋਨੀ ਅਸੀਂ ਆਪਣੇ ਹਲਕੇ 'ਚ ਨਹੀਂ ਕੱਟਣ ਦੇਵਾਂਗੇ। ਲੱਗਦਾ ਮੈਡਮ ਜੀ ਇੱਥੇ ਕਾਫੀ ਸਾਲ ਪਹਿਲਾਂ MLA ਦੀ ਵਿਰੇ ਨੇ ਜਿਵੇਂ ਸਿੰਘ ਬੈਂਸ ਜੀ ਉਹਨਾਂ ਨੇ ਧਿਆਨ ਦਿੱਤਾ ਹੁੰਦਾ ਤੇ ਕੰਮ ਗੁੰਡਾਗਰਦੀ ਘਟੀ ਹੁੰਦੀ ਹੈ। ਦੇਖੋ, ਇਹ ਚੀਜ਼ਾਂ ਦਾ ਜਿਹੜਾ ਜਵਾਬ ਆ ਉਹ ਤਾਂ ਜਨਤਾ 2022 'ਚ ਦੇ ਚੁੱਕੀ ਆ, ਅਤੇ ਇਹਦੇ ਬਾਰੇ ਤਾਂ ਮੈਂ ਜ਼ਿਆਦਾ ਕੁਛ ਨਹੀਂ ਕਹਿ ਸਕਦੀ, ਕਿਉਂਕਿ 22 ਤੋਂ ਹੁਣ ਤੱਕ ਜਿਹੜਾ ਹੈਗਾ ਵਾ ਉਹ ਮੈਂ ਆਪਣੇ ਹਲਕੇ ਦੇ ਵਿੱਚ ਇੱਦਾਂ ਦੀ ਕੋਈ ਵੀ ਚੀਜ਼ ਨਹੀਂ ਹੋਣ ਦਿੰਦੀ ਜਿੱਥੇ ਸਾਡੇ ਜਿਹੜੇ ਗਰੀਬ ਪਰਿਵਾਰ ਆ ਉੱਥੇ ਉਹਨਾਂ ਨਾਲ ਧੱਕਾ ਹੋਇਆ। ਪਰਿਵਾਰ ਨੂੰ ਮੈਂ ਜਿਹੜੇ ਡੀਲਰ ਨੇ ਧੱਕਾ ਕੀਤਾ ਉਹਨੂੰ ਮੇਰੇ PA ਨੇ ਫੋਨ ਕੀਤਾ, ਉਸੇ ਟਾਈਮ ਉਹਨੇ ਚਾਬੀ ਭੇਜਤੀ ਤੇ ਉਹ ਪਰਿਵਾਰ ਦਾ ਅਸੀਂ ਗੇਟ ਖੜਵਾ ਕੇ ਸਮਾਨ ਉਹਦਾ ਅੰਦਰ ਖਵਾਤਾ। ਦੇਖੋ, ਇਹ ਮੈਂ ਇਸ ਬਾਰੇ ਕੁਛ ਨਹੀਂ ਕਹਿ ਸਕਦੀ ਕਿ ਉਹੀ ਮਕਾਨ ਦਿੱਤਾ ਜਾਊਗਾ। ਡੀਲਰ ਔਰ ਜਿਹਨੇ ਪਰਿਵਾਰ ਰਹਿ ਰਿਹਾ ਉਹਨਾਂ ਦੇ ਆਪਸ ਦੇ ਵਿੱਚ
ਜਿਹੜਾ ਲੈਣ ਦੇਣ ਦਾ ਮਸਲਾ ਵਾ, ਜੇ ਉਹਨਾਂ ਦਾ ਥਾਣੇ 'ਚ ਨਿਬੜ ਜਾਣ ਚੰਗੀ ਗੱਲ ਹੈ, ਨਹੀਂ ਮੈਂ ਡੀਲਰ ਨੂੰ ਆਪਣੇ ਆਫਿਸ ਬੁਲਾਇਆ ਔਰ ਦੋਨਾਂ ਪਰਿਵਾਰਾਂ ਨੂੰ ਬਿਠਾ ਕੇ ਇੱਥੇ ਇਹਨਾਂ ਦਾ ਅਸੀਂ ਸਮਝੌਤਾ ਕਰਾਵਾਂਗੇ। ਦੇਖਿਆ ਜਾਵੇ ਜਿੱਦਾਂ ਦਾ ਅੱਜ ਟੇਲਰ ਦੇਖਿਆ ਲੋਕਾਂ ਨੇ, ਇਹ ਟੇਲਰ ਹਮੇਸ਼ਾ ਅਸੀਂ ਫਿਲਮਾਂ 'ਚ ਦੇਖਦੇ ਸੀ, ਜਦੋਂ ਵਸੂਲੀ ਕਰਨ ਜਾਂਦਾ ਸੀ ਕਿਰਾਇਆ ਨਹੀਂ ਦਿੰਦਾ ਸੀ, ਸਮਾਨ ਕੱਟ ਕੇ ਬਾਹਰ ਸੁੱਟਿਆ ਜਾਂਦਾ ਸੀ, ਫਿਲਮਾਂ ਦਾ ਸੀਨ ਤੁਹਾਡੇ ਲੱਗ ਕੇ ਨਹੀਂ। ਜਦੋਂ ਇੱਕ ਅੱਧੇ 'ਤੇ ਸਖ਼ਤ ਕਾਰਵਾਈ ਹੋ ਜੂਗੀ ਤੇ ਲੋਕ ਫਿਰ ਡਰਨ ਲੱਗ ਜਾਣਗੇ, ਅੱਗੇ ਵਾਸਤੇ ਇਹ ਚੀਜ਼ਾਂ ਨਹੀਂ ਹੋਣਗੀਆਂ। ਜੀ ਆਪਣੇ ਹਰਜਿੰਦਰ ਸਿੰਘ ਹੈ, ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ 8 ਮਹੀਨੇ ਪਹਿਲਾਂ ਇਹ ਜਿਹੜਾ ਮਕਾਨ ਇਹ ਲਿਆ ਹੈਗਾ, ਜਿਹਦਾ ਬਿਆਨਾ ਇਹਨਾਂ ਨੇ ਦਿੱਤਾ ਹੋਇਆ, ਰਜਿਸਟਰੀ ਹਾਲੇ ਹੋਈ ਨਹੀਂ ਹੈਗੀ, ਤੇ ਅੱਜ ਇਹ ਦੱਸਦੇ ਆ ਵੀ ਕੁਛ ਵਿਅਕਤੀਆਂ ਨੇ ਆ ਕੇ ਇਹਨਾਂ ਦਾ ਜਿਹੜਾ ਸਮਾਨ ਆ ਇਹ ਬਾਹਰ ਕੱਢਤਾ, ਬਾਕੀ ਉਹਨਾਂ ਦੇ ਖਿਲਾਫ਼ ਵੈਰੀਫਾਈ ਕਰਕੇ ਅਸੀਂ ਜੋ ਬਣਦੀ ਕਾਰਵਾਈ ਕਰ ਰਹੇ। ਜਿਹੜੇ ਬੰਦੇ ਸਮਾਨ ਕੱਢਿਆ ਕੌਣ ਸੀਗਾ ਉਹ? ਉਹਨਾਂ ਉਹ ਇਹਨਾਂ ਤੋਂ ਜੀ ਪੁੱਛ ਰਹੇ, ਹਾਲੇ ਵੈਰੀਫਾਈ ਕਰ ਰਹੇ ਜਿਹਨਾਂ ਜਿਹਨਾਂ ਦਾ ਇਹ ਨਾਂ ਦੱਸਣ। ਨਹੀਂ ਉਹਨਾਂ ਦਾ ਮੈਨੂੰ ਨਹੀਂ ਪਤਾ। ਮੌਕੇ ਤੇ ਗੱਲਬਾਤ ਵੀ ਕੀਤੀ ਜਾ ਰਹੀ ਪੱਤਰਕਾਰਾਂ ਵੱਲੋਂ ਵੀ, ਅਤੇ ਮੌਕੇ ਦੇ ਪਰਿਵਾਰ ਵੱਲੋਂ ਵੀ ਦੱਸਿਆ ਜਾ ਰਿਹਾ, ਤੇ MLA ਵੀ ਮੌਕੇ ਤੇ ਪਹੁੰਚੇ, ਇਹਨਾਂ ਨੂੰ ਭਰੋਸਾ ਦਿੱਤਾ ਵੀ ਇਨਸਾਫ਼। ਹਾਂਜੀ MLA ਸਾਹਿਬ ਆਏ ਸੀ, ਅਸੀਂ ਮੌਕਾ ਤਸਦੀਕ ਕਰ ਰਹੇ ਹਾਂ, ਜੋ ਬਣਦੀ ਕਾਰਵਾਈ ਅਸੀਂ ਕਰ ਰਹੇ ਹਾਂ। ਹੁਣ ਅੱਗੇ ਕੀ ਅਗਲੀ ਕੀ ਕਾਰਵਾਈ ਕਰਨੀ? ਹਾਂਜੀ ਸਮਾਨ ਜਿਹੜਾ ਇਹਨਾਂ ਦਾ ਹੈਗਾ ਉਹ ਅੰਦਰ ਜੋ ਬਣਦੀ ਕਾਰਵਾਈ ਅਸੀਂ ਕਰ ਰਹੇ ਹਾਂ। ਕਿਹੜੀ ਜਗ੍ਹਾ ਭਾਜੀ ਇਹ? ਢਿੱਲੋ ਕਲੋਨੀ ਭਾਜੀ। ਲੱਗਦਾ ਵੀ ਲੋਕ ਡਰਦੇ ਨੇ, ਖੋਫ਼ ਨਹੀਂ ਹੈਗਾ, ਸ਼ਰੇਆਮ ਕਬਜ਼ੇ ਨਜਾਇਜ਼ ਲੋਕਾਂ ਨੂੰ ਪਰਿਵਾਰ ਨੂੰ ਬਾਹਰ ਕੱਢਿਆ ਜਾ ਰਿਹਾ। ਦੇਖੋ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ। ਜਿਹੜੇ ਨੇ ਪੰਜਾਬੀ ਪਰਿਵਾਰ ਹੈ ਕਿ ਪ੍ਰਵਾਸੀ ਹੈ? ਪੰਜਾਬੀ।